ਸ਼ਿਵਸੈਨਾ ਆਗੂ ਨਿਸ਼ਾ ਸ਼ਰਮਾ ਤੇ ਜੇਲ੍ਹ ਵਿੱਚ ਜਾਨਲੇਵਾ ਹਮਲਾ ਹੋਣ ਦੀ ਖਬਰ ਮਿਲੀ ਹੈ। ਨਿਸ਼ਾ ਸ਼ਰਮਾ ਨੂੰ ਰੋਪੜ ਅਦਾਲਤ ਵੱਲੋਂ ਇੱਕ ਦਿਨ ਪਹਿਲਾਂ ਇੱਕ ਠੱਗੀ ਦੇ ਕੇਸ ਵਿੱਚ 4 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਰੋਪੜ ਦੀ ਜੇਲ੍ਹ ਭੇਜ ਦਿੱਤਾ ਸੀ, ਜਿਸ ਤੇ ਅੱਜ ਸਵੇਰੇ 9 ਵਜੇ ਦੇ ਲਗਭਗ ਜੇਲ੍ਹ ਵਿੱਚ ਹੀ 3 ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜੋ ਕਿ ਗੰਭੀਰ ਫਟੜ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਰੋਪੜ ਵਿਖੇ ਲਿਆਂਦਾ ਗਿਆ, ਜਿੱਥੇ ਇਸ ਦਾ ਇਲਾਜ ਕਰਾਇਆ ਗਿਆ। ਮੌਕੇ ਤੇ ਪਹੁੰਚੇ SSP ਸਵੈਪਨ ਸ਼ਰਮਾ ਨੇ ਦੱਸਿਆ ਕਿ ਟ੍ਰੀਟਮੈਂਟ ਕਰਾ ਦਿੱਤਾ ਗਿਆ ਹੈ ਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਧਰ ਨਿਸ਼ਾ ਸ਼ਰਮਾ ਨੇ ਕਿਹਾ ਕਿ ਉਸ ਨੂੰ ਹਮਲੇ ਤੋਂ ਬਾਅਦ ਕਾਫੀ ਦੇਰ ਬਾਅਦ ਹਸਪਤਾਲ ਲਿਆਂਦਾ ਗਿਆ। ਰਮਨਦੀਪ ਬੱਗਾ ਤੇ ਉਹਦੇ ਨਾਲ 2 ਬੰਦੇ ਹੋਰ ਸੀ, ਉਹਨਾਂ ਨੇ ਆਉਂਦੇ ਨਾਲ ਮੇਰੇ ਮੂੰਹ ਦੇ ਕੱਪੜਾ ਪਾ ਤਾ, ਕਹਿੰਦੇ ਅੱਜ ਇਹਨੂੰ ਮਾਰ ਦੇਣਾ। ਉਸ ਵਕਤ ਕੁੱਟਣਾ ਮਾਰਨਾ ਸ਼ੁਰੂ ਕਰਤਾ ਜੀ ਇਹਨਾਂ ਨੇ। ਉਹਨਾਂ ਦੇ ਹੱਥ 'ਚ ਖੁਰਪਣਾ ਸੀਗਾ, ਇੱਕ ਇੱਟ ਸੀਗੀ। ਅਤੇ ਕੌਣ ਬੰਦੇ ਸੀ? ਰਮਨਦੀਪ ਸਿੰਘ ਬੱਗਾ ਅਤੇ ਕੁਛ ਉਹਦੇ ਨਾਲ 2 ਜਣੇ ਹੋਰ ਸੀਗੇ। ਕੀ ਮਾਮਲਾ ਹੋਇਆ? ਕੀ ਨਿਸ਼ਾਨ? ਨਿਸ਼ਾਨ ਦਾ ਕੋਈ ਝਗੜਾ ਹੋਇਆ ਅੰਦਰ ਜੇਲ੍ਹ ਦਾ, ਬਾਕੀ ਜੇਲ੍ਹ ਅਥਾਰਟੀਜ਼ ਆਪਣੀ ਤਰਫ ਤੋਂ ਇਨਵੈਸਟੀਗੇਸ਼ਨ ਕਰ ਰਹੀ ਹੈ। ਫਸਟ ਏਡ ਕਰਾਉਣ ਲੱਗੇ ਸਰ, ਕਿਹਨੇ ਬੁਲਾਉਣ ਲੱਗੇ? ਜੇਲ੍ਹ ਅਥਾਰਟੀਜ਼।